ਸਤਿ ਸ਼੍ਰੀ ਅਕਾਲ ਜੀ, ਮੈਂ ਵਿਜੇਪਾਲ, ਪੰਜਾਬ ਫਲੈਕਸ਼ਨ ਨਿਊਜ਼ ਸਮਾਚਾਰ ਪੱਤਰ ਤੋਂ। ਅੱਜ ਅਸੀਂ ਪਹੁੰਚੇ ਹਾਂ ਨਾਮਧਾਰੀ ਗੁਰਦੁਆਰੇ ਬਸਤੀ ਭੂਰੇ ਖਾਂ ਜਲੰਧਰ, ਜਿੱਥੇ ਕਿ ਅੱਜ ਪੰਜ ਭਾਦਰੋਂ ਦਾ ਮੇਲਾ ਮਨਾਇਆ ਜਾ ਰਿਹਾ, ਔਰ ਇਸ ਮੇਲੇ 'ਚ ਇੱਕ ਘੰਟਾ ਨਿਤਰੇਮ ਔਰ ਸੂਬਾ ਸੰਦੀਪ ਜੀ ਵੱਲੋਂ ਦੀਵਾਨ ਸਜਾਏ ਗਏ ਨੇ। ਆਓ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਲਦੇ ਹਾਂ, ਜਿੱਥੇ ਕਿ ਦੀਵਾਨ ਲੱਗਿਆ ਹੋਇਆ ਸੰਤ ਸੂਬਾ ਸੰਦੀਪ ਜੀ ਵੱਲੋਂ ਦੀਵਾਨ ਲੱਗੇ ਨੇ, ਔਰ ਗੁਰਦੁਆਰੇ ਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਸਾਡੇ ਚੈਨਲ 'ਤੇ ਰਿਫਲੈਕਸ਼ਨ ਨਿਊਜ਼ ਚੈਨਲ। ਸਿਸਾ ਗੁਰੂ ਰਾਮ ਸਿੰਘ ਜੀ ਸਹਾਏ, ਇਹ ਗੁਰਦੁਆਰੇ ਦੇ ਅੰਦਰਲਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ। ਸਾਧ ਸੰਗਤ ਜਿਹੜੀ ਆ ਬੈਠੀ ਹੋਈ ਆ ਔਰ ਦੀਵਾਨ ਦਾ ਆਨੰਦ ਮਾਣਦੀ ਪਈ ਆ, ਦੇਖ ਸਕਦੇ ਹੋ ਤੁਸੀਂ। ਪਹਾੜ ਉੱਤੇ ਬੜੀ ਤਰੇਲ ਪੈ ਜਾਏ ਤੇ ਤੁਸੀਂ ਆਖੋ ਵੀ ਉਹ ਤਰੇਲ ਨਾਲ ਪਿਆਸ ਬੁਝਾ ਲਈ, ਨਹੀਂ ਬੁਝ ਸਕਦੀ। ਭਾਵੇਂ ਕਿਤੇ ਕਿਤੇ ਪਹਾੜ ਕਿੱਲੇ ਹੋ ਗਏ ਨੇ ਉਸ ਤਰੇਲ ਨਾਲ, ਪਰ ਉਹ ਤਰੇਲ ਤੁਹਾਡੀ ਪਿਆਸ ਨਹੀਂ ਬੁਝਾ ਸਕਦੀ। ਪਿਆਸ ਬੁਝਾਏਗਾ ਤੇ ਬਾਟਾ ਭਰ ਕੇ ਪਾਣੀ ਦਾ ਜਲ ਦਾ ਪੀਓਗੇ ਤੇ ਬੁਝੇਗਾ। ਆਂਦੇ ਜੈਸੇ ਹੀ ਗ੍ਰਿਖਮ ਰੁੱਤ ਪ੍ਰਗਟ ਹੈ ਪਰਸੇ ਦੇ ਅੰਗ। ਹੁਣ ਉਸ ਹਾਲਾਤ ਚੋਂ ਨਾ ਤੁਸੀਂ ਅੱਜ ਦੇ ਅੰਦਰ ਇਸ ਚੱਲਦਾ। ਜੈਸੇ ਹੀ ਗ੍ਰਿਖਮ ਰੁੱਤ ਪ੍ਰਗਟ ਹੈ ਪਰਸੇ ਦੇ ਅੰਗ, ਆਂਦੇ ਜਦੋਂ ਗਰਮੀ ਦੀ ਰੁੱਤ ਆਉਂਦੀ ਗ੍ਰਿਖਮ ਰੁੱਤ ਤੁਹਾਡੇ ਸੂਬਾ ਸੰਦੀਪ ਸਿੰਘ ਜੀ ਦਾ ਰਸ ਭਜਨਾ ਕੀਰਤਨ ਸੁਣਿਆ, ਸ੍ਰੀ ਸਾਹਿਬ ਪ੍ਰਤਾਪ ਸਿੰਘ ਸਚਪਾਲ ਦੀ ਯਾਦ ਚ ਬਚਨ ਸੁਣੇ ਨੇ, ਸ੍ਰੀ ਸਾਹਿਬ ਜਗਜੀਤ ਸਿੰਘ ਜੀ ਨੂੰ ਯਾਦ ਕੀਤਾ। ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਚਪਾਲ, ਜਿਨ੍ਹਾਂ ਦੇ ਬਚਨ ਸ੍ਰੀ ਸਾਹਿਬ ਜਗਜੀਤ ਸਿੰਘ ਦੇ ਦਰੜਾਏ, ਪਹਿਲੋਂ ਆਪਣੇ ਦੇ ਦਰੜਾਏ ਫਿਰ ਸਾਧ ਸੰਗਤ ਦੇ ਦਰੜਾਏ। ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸਚਪਾਲ, ਸਮੇਂ ਦੇ ਮਾਲਕ ਹਾਜ਼ਰਾ ਹਜ਼ੂਰ, ਜਿਨ੍ਹਾਂ ਨੇ ਫਿਰ ਬੜੀ ਕਿਰਪਾ ਕੀਤੀ ਹੈ ਕਿ ਅਸੀਂ ਚੇਤਾ ਹੀ ਭੁੱਲ ਗਿਆ ਸੀ ਕਿ ਸਾਧ ਸੰਗਤ ਮੁੜ ਕੇ ਫਿਰ ਵੀ ਏਦਾਂ ਇਕੱਠੇ ਹੋਵੋਗੇ। ਕਰੀ ਸਤਿਗੁਰੂ ਦੇ ਸਿੰਘ ਸੱਚ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਫਿਰ ਸਾਧ ਸੰਗਤ ਦੇ ਜੋੜਿਆ, ਸਾਨੂੰ ਇਕੱਠਿਆਂ ਕਰਨ ਦਾ ਮਾਣ ਦਿੱਤਾ ਹੈ ਅਤੇ ਇੰਨੇ ਭਿਆਨਕ ਸਮੇਂ ਤੋਂ ਕੱਢ ਕੇ ਸਾਨੂੰ ਲੈ ਆਏ ਨੇ। ਸਾਰੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਮੈਂ ਕੁਛ ਹੋਰ ਅਰਜ ਨਹੀਂ ਕਰਨੀ, ਸਿਰਫ ਇੱਕ ਦੋ ਅਰਜਾਂ ਕਰਨੀਆਂ ਨੇ ਸੂਬਾ ਜੀ ਦਾ ਅਤੇ ਉਹਦੇ ਗੱਦੇ ਦਾ ਧੰਨਵਾਦ ਕਰਨਾ, ਜਿਨ੍ਹਾਂ ਨੇ ਆ ਕੇ ਉਚੇਚੇ ਤੌਰ 'ਤੇ ਇੰਨਾ ਲੰਬਾ ਸਫ਼ਰ ਕਰਕੇ ਅੱਜ ਕਈ ਸੜਕ ਰੋਡ ਬਲੋਕ ਵੀ ਕਈ ਜਗ੍ਹਾ 'ਤੇ ਬੜੀ ਮੁਸ਼ਕਲ ਪਹੁੰਚੇ ਨੇ ਇੱਥੇ। ਸੂਬਾ ਜੀ ਦਾ ਅਤੇ ਉਹਨਾਂ ਦੇ ਜਹੇ ਦਾ ਸਾਡੀ ਸਾਰੀ ਜਲੰਧਰ ਦੀ ਸਾਧ ਸੰਗਤ ਵੱਲੋਂ, ਵਿਸ਼ਵ ਆਪਣਾ ਨਾਮਧਾਰੀ ਵਿਜੇ ਪਿਤਾ ਜਲੰਧਰ ਵੱਲੋਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਹਨਾਂ ਦੇ ਨਾਲ ਦਿੱਲੀ ਤੋਂ ਸੰਤ ਜਸਵਿੰਦਰ ਸਿੰਘ ਜੀ ਗੁਲਾਟੀ ਸਾਹਿਬ ਆਏ ਨੇ, ਬਹੁਤ ਹੀ ਪਿਆਰੇ ਸਿੱਖ ਨੇ ਸਾਨੂੰ ਜਗਜੀਤ ਸਿੰਘ ਜੀ ਅਤੇ ਸਤਿਗੁਰੂ ਦੇ ਸਿੰਘ ਸਚਪਾਤਸ਼ਾਹ ਜੀ ਗਏ। ਅਸੀਂ ਇਹਨਾਂ ਨੂੰ ਸਾਧ ਸੰਗਤ ਵੱਲੋਂ ਜੀਆਇਆਂ ਨੂੰ ਆਖਦੇ ਹਾਂ। ਅਤੇ ਨਾਲ ਹੀ ਸਾਡੇ ਵਿਜੇਪਾਲ ਸਿੰਘ ਜੀ, ਜਿਨ੍ਹਾਂ ਨੇ ਪੰਜਾਬ ਰਿਫਲੈਕਸ਼ਨ ਚੈਨਲ ਸ਼ੁਰੂ ਕੀਤਾ ਅਤੇ ਉਹਨਾਂ ਵੀ ਦਰਸ਼ਨ ਦਿੱਤੇ ਆਪਣੇ ਚੈਨਲ ਦੇ ਇੰਸਟਰੂਮੈਂਟਾਂ ਨਾਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਧ ਸੰਗਤ ਜੀ, ਇੱਕ ਪੰਜਾਬ ਫਲੈਕਸ਼ਨ ਨਿਊਜ਼ ਸਮਾਚਾਰ ਪੱਤਰ ਤੋਂ ਮੈਂ ਵਿਜੇਪਾਲ, ਕੈਮਰਾਮੈਨ ਗੁਰਸੇਵ ਸਿੰਘ ਦੇ ਨਾਲ।